ਬਚਪਨ ਦਾ ਇੱਕ ਐਕਸਪੀਰੀਅੰਸ ਹੈ ਮੇਰੇ ਨਾਲ ਮੇਰੀ ਏਜ ਦੀ ਇੱਕ ਬੱਚੀ ਸੀਗੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਫੋਟੋਆਂ ਲੱਗੀਆਂ ਹੋਈਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਫਿਰ ਆਪਣੇ ਸ਼ਹੀਦ ਸ਼ਹੀਦਾਂ ਦੀਆਂ ਹਾਂਜੀ ਤੇ ਸ਼ਹੀਦ ਮੈਂ ਸਿੱਖ ਇਤਿਹਾਸ ਦੇ ਸ਼ਹੀਦਾਂ ਦੀ ਨੀ ਜੀ ਗੱਲ ਕਰਦੀ ਮੈਂ ਜੀ ਜਿਹੜੇ ਅਰਾਊਂਡ 1980s ਦੇ ਵਿੱਚ ਜੋ ਵਾਕਿਆ ਹੋਇਆ ਉਹ ਉਹਨਾਂ ਦੇ ਦਰਮਿਆਨ ਜਿਨ੍ਹਾਂ ਨੂੰ ਆਪਾਂ ਸ਼ਹੀਦ ਮੰਨਦੇ ਹਾਂ ਉਹਨਾਂ ਦੀ ਗੱਲ ਕਰਦੀ ਹਾਂਜੀ ਤੇ ਉਹਨਾਂ ਦੇ ਵਿੱਚ ਇੱਕ ਬੱਚੀ ਸੀਗੀ ਉਹ ਕਹਿੰਦੀ ਕਿ ਮੇਰੇ ਖੇਡਦੇ ਖੇਡਦੇ ਚਲੋ ਬੱਚੀ ਮੈਂ ਕੋਈ ਗੱਲ ਕਿਸੇ ਨੂੰ ਪੁੱਛੀ ਹੋਣੀ ਆ ਫੋਟੋ ਬਾਰੇ ਤੇ ਉਹ ਬੱਚੀ ਕਹਿੰਦੀ ਵੀ ਮੇਰੇ ਵੀ ਫੈਮਿਲੀ ਦੇ ਵਿੱਚ ਮੇਰੇ ਮੰਮੀ ਦੇ ਬ੍ਰਦਰ ਸ਼ਹੀਦ ਆ ਤੇ ਮੈਂ ਕਨਫਿਊਜ਼ ਕਿ ਵਾਟ ਡਸ ਸ਼ੀ ਮੀਨ ਐਂਡ ਉਹ ਬੱਚੀ ਆ ਉਹਨੂੰ ਵੀ ਕਿਉਂਕਿ ਮੈਂ ਬੱਚੀ ਆ ਉਹ ਵੀ ਬੱਚੀ ਆ ਅਸੀਂ ਦੋਨੋਂ ਬੱਚੀਆਂ ਸਾਨੂੰ ਉਹਨੂੰ ਸਮਝਾਉਣਾ ਨੀ ਆ ਰਿਹਾ ਵੀ ਉਹਦਾ ਮਤਲਬ ਕੀ ਆ ਸ਼ਹੀਦ ਹੋਣ ਦਾ ਕਿ ਉਹ ਕੀ ਮੈਨੂੰ ਸਮਝਾਉਣਾ ਚਾਹੁੰਦੀ ਆ ਉਹ ਆਪਣੇ ਆਪਣੇ ਵੱਲੋਂ ਹੁਣ ਹਰ ਇੱਕ ਬੱਚਾ ਇੱਕ ਕੂਲ ਗੱਲ ਸ਼ੇਅਰ ਕਰਦਾ ਨਾ ਕਿ ਕੁਛ ਇੰਟਰਸਟਿੰਗ ਸ਼ੇਅਰ ਕਰਦਾ ਕਿ ਇਹ ਜਿਹੜਾ ਮੇਰੇ ਨਾਲ ਖੇਡ ਰਿਹਾ ਉਹ ਮੇਰੇ ਤੋਂ ਇੰਪ੍ਰੈਸ ਹੋਵੇ ਮੇਰਾ ਫਰੈਂਡ ਬਣੇ ਰਾਈਟ ਐਂਡ ਹੁਣ ਮੈਂ ਲੰਬੀ ਨੀ ਗੱਲ ਕਰਨਾ ਚਾਹੁੰਦੀ ਤੁਹਾਡੇ ਹੋਰ ਵੀ ਸਰੋਤੇ ਵੇਟ ਕਰ ਰਿਹਾ ਬਟ ਜਿੱਦਾਂ ਹੁਣ ਉਹ ਗੱਲਾਂ ਜਦੋਂ ਹੁਣ ਸਮਝ ਆ ਰਹੀਆਂ ਵੀ ਉਹ ਕਿਹੜੇ ਸ਼ਹੀਦਾਂ ਦੀ ਗੱਲ ਕਰ ਰਹੀ ਸੀਗੀ ਇੱਕ ਆਪੋਜ਼ਿਟ ਸਾਈਡ ਉਸ ਕਨਵਰਸੇਸ਼ਨ ਦਾ ਹੈਗਾ ਆ ਵੀ ਜਿਨ੍ਹਾਂ ਨੂੰ ਮੈਂ ਕਿਸੇ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਇਹ ਗੱਲ ਕਹਿ ਕੇ ਪਰ ਤੁਸੀਂ ਜਦੋਂ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਿਖਾਉਂਦੇ ਆ ਕਿ ਤੁਹਾਡੀ ਫੈਮਿਲੀ 'ਚ ਕੋਈ ਸ਼ਹੀਦ ਹੋਇਆ ਸ਼ਹੀਦ ਦਾ ਮਤਲਬ ਆਪਾਂ ਬਹੁਤ ਸਸਤਾ ਕਰਕੇ ਵਰਤਣ ਲੱਗ ਗਏ ਥੱਲੇ ਬਹੁਤ ਨੀਵਾਂ ਨੀਵਾਂ ਪਰਿਭਾਸ਼ਾ ਜਿਹੜੀ ਆ ਨਾ ਅਸੀਂ ਤਾਂ ਪੰਜਵੇਂ ਪਾਤਸ਼ਾਹ ਦੀ ਕਦਰ ਕੋਈ ਨਹੀਂ ਰਹਿਣ ਦਿੱਤੀ ਅੱਜ ਜਿਹੜਾ ਬੰਦਾ ਲੁੱਟਾਂ ਖੋਹਾਂ ਕਰਦਾ ਜਿਹਨੂੰ ਅਸੀਂ ਪ੍ਰਵਾਨ ਨਹੀਂ ਕਰਦੇ ਬਹੁਤ ਸਾਰੇ ਬੰਦੇ ਇਦਾਂ ਦੇ ਮੈਨੂੰ ਮਿਲੇ ਆ ਜਿਹਨਾਂ ਨੂੰ ਮੈਂ ਜਦੋਂ ਦੱਸਦੇ ਸੀ ਨਾ ਸਾਡੇ ਇਲਾਕੇ ਦੇ ਵੀ ਸਾਡਾ ਲੜਕਾ ਸ਼ਹੀਦ ਆ ਮੈਂ ਕਿਹਾ ਭਾਈ ਉਹ ਤਾਂ ਫਲਾਨੀ ਜਗ੍ਹਾ ਸਕੂਟਰ ਖੋਣ ਲੱਗੇ ਸੀ ਉਸ ਵੇਲੇ ਪੁਲਿਸ ਨੇ ਗੋਲੀ ਮਾਰੀ ਉਹਦੇ ਉਹ ਕਹਿੰਦੇ ਹਾਂਜੀ ਸਕੂਟਰ ਚੰਗੇ ਕਾਰਜ ਲਈ ਖੋਣ ਲੱਗੇ ਸੀ ਮੈਂ ਉਹਨਾਂ ਨੂੰ ਪੁੱਛਿਆ ਉਹ ਪਰਿਵਾਰ ਕੈਨੇਡਾ 'ਚ ਆ ਮੈਂ ਕਿਹਾ ਜੇ ਅੱਜ ਤੁਹਾਡੇ ਕੋਲੋਂ ਕੋਈ ਬੰਦਾ ਆ ਕੇ ਕਾਰ ਤੁਹਾਡੀ ਖੋਹ ਕੇ ਲੈ ਕੇ ਜਾਵੇ ਤੁਹਾਡੀ ਬੱਚੀ ਕੋਲੋਂ ਹਾਂਜੀ ਤੁਸੀਂ ਉਹਨੂੰ ਪਹਿਲਾਂ ਪੁੱਛੋਗੇ ਵੀ ਤੂੰ ਕਿਹੜੇ ਕਾਰਜ ਲਈ ਖੋਣ ਲੱਗਾ ਆ ਤੇ ਮੈਂ ਤੇਰੇ ਗੋਲੀ ਮਾਰਾਂ ਕਿ ਨਾ ਮਾਰਾਂ ਹੁਣ ਪਹਿਲਾਂ ਮੈਨੂੰ ਦੱਸ ਦੇ ਸੀ ਤੂੰ ਚੰਗੇ ਕਾਰਜ ਲਈ ਖੋਣ ਲੱਗਾ ਆ ਫੇਰ ਤਾਂ ਮੈਂ ਦੇ ਦਿਆਂ ਤੈਨੂੰ ਦੇਖੋ ਜੀ ਇਹਦੇ ਤਾਂ ਬਹੁਤ ਐਗਜ਼ਾਮਪਲ ਆ ਇੱਕ ਬੱਚਾ ਸੀ ਉਹਨੂੰ ਨਹੀਂ ਸਮਝ ਅਫਗਾਨਿਸਤਾਨ ਦੇ ਵਿੱਚ ਇੱਕ ਦਿਨ ਬੰਬ ਡਿੱਗਿਆ ਤੇ ਘਟਨਾ ਬਹੁਤ ਬੁਰੀ ਆ ਮੈਂ ਉਹ ਨੀ ਕਹਿ ਰਹੀ ਉਹਨੂੰ ਡਿਸਕ੍ਰੈਡਿਟ ਨੀ ਕਰ ਰਹੀ ਵੀ ਜੋ ਹੋਇਆ ਬੁਰਾ ਹੋਇਆ ਉਸ ਬੱਚੇ ਦਾ ਡੈਡੀ ਉਸ ਬੰਬ ਬਲਾਸਟ ਦੇ ਵਿੱਚ ਮਾਰਿਆ ਗਿਆ ਜਦੋਂ ਅਸੀਂ ਪੁੱਛਿਆ ਵੀ ਤੁਹਾਡੀ ਫੈਮਿਲੀ ਚ ਕੌਣ ਆ ਉਹ ਕਹਿੰਦੇ ਵੀ ਸਿਰਫ ਮੇਰੀ ਮੈਂ ਤਾਂ ਮੇਰੀ ਮਾਂ ਆ ਮੇਰੇ ਡੈਡ ਸ਼ਹੀਦ ਹੋ ਗਏ ਮੇਰੇ ਕੰਨ ਖੜ ਜਦੋਂ ਆਪਾਂ ਇੱਕਦਮ ਕਿਸੇ ਗੱਲ ਵੱਲ ਧਿਆਨ ਚਲੇ ਜਾਂਦਾ ਤੇ ਮੈਂ ਉਹਨੂੰ ਪੁੱਛਿਆ ਵੀ ਉਹ ਸ਼ਹੀਦ ਕਿੱਦਾਂ ਹੋਏ ਤੇ ਉਹਨੇ ਏਦਾਂ ਦੱਸਿਆ ਤੇ ਮੈਂ ਆਪਣੇ ਮਨ ਦੇ ਵਿੱਚ ਉਹ ਯੰਗ ਸੀ ਫਿਰ ਵੀ ਇਹ ਗੱਲ ਸੋਚੀ ਵੀ ਉਹਦੇ ਵਿੱਚ ਸ਼ਹੀਦੀ ਵਾਲੀ ਗੱਲ ਕਿਹੜੀ ਹੋ ਗਈ ਇੱਕ ਐਕਸੀਡੈਂਟ ਹੋਇਆ ਇੱਕ ਦੁਰਘਟਨਾ ਹੋਈ ਉਹਦੇ ਵਿੱਚ ਚਲੋ ਤੇਰੇ ਡੈਡ ਓਬਵੀਅਸਲੀ ਮੈਂ ਉਹਨੂੰ ਹਰਟ ਨਹੀਂ ਕਰਨਾ ਚਾਹੁੰਦੀ ਸੀ ਸੋ ਮੈਂ ਇਹ ਗੱਲ ਨਹੀਂ ਉਹਨੂੰ ਫੇਸ ਤੇ ਨਹੀਂ ਕਹੀ ਬਟ ਆਪਾਂ ਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਵੀ ਜਿਨ੍ਹਾਂ ਨੂੰ ਆਪਾਂ ਸ਼ਹੀਦ ਕਹਿ ਰਹੇ ਹਾਂ ਕਿਹੜੀ ਗੱਲ ਪਿੱਛੇ ਕਹਿ ਰਹੇ ਹਾਂ ਨਹੀਂ ਉਹਦੇ ਲਈ ਦੇਖੋ ਨਾ ਕੋਈ ਕੌਜ਼ ਹੋਵੇ ਵੱਡਾ ਫਿਰ ਤੁਹਾਡੇ ਕੋਲ ਆਪਸ਼ਨ ਦਿੱਤੀ ਜਾਵੇ ਬਚਣ ਲਈ ਕਈ ਪੈਮਾਨੇ ਆ ਪਰ ਮੈਂ ਕਹਿੰਦਾ ਜੇ ਅਸੀਂ ਉਹ ਗੱਲਾਂ ਨੂੰ ਰੋਕ ਲੈਂਦੇ ਇੱਦਾਂ ਕੋਈ ਨਾ ਕੋਈ ਬੰਦਾ ਸਿਆਣਾ ਜਿਹੜਾ ਇਹ ਚੀਜ਼ ਨੂੰ ਡੈਮੋਕ੍ਰੇਸੀ ਦੇ ਅੰਦਰ ਤਾਂ ਵੈਸੇ ਹੀ ਨਹੀਂ ਸੀ ਚਾਹੀਦਾ ਇਹ ਕੰਮ ਹਥਿਆਰ ਚੱਕ ਕੇ ਕਰਨਾ ਉਹ ਤਾਂ ਬਹੁਤ ਮਹਿੰਗਾ ਪਿਆ ਸਾਨੂੰ ਅੱਜ ਜੇ ਕੈਨੇਡਾ ਅਮਰੀਕਾ ਦੇ ਵਿੱਚ ਤੁਸੀਂ ਬੱਚਿਆਂ ਨੂੰ ਕਹੋ ਇਹਨਾਂ ਦੇ ਨਿਆਣਿਆਂ ਨੂੰ ਕਹੋ ਇਹਨਾਂ ਦੇ ਪਰਿਵਾਰਾਂ ਨੂੰ ਕਹੋ ਵੀ ਤੁਸੀਂ ਤੁਰੋ ਤਾਂ ਕਰੋ ਇੱਥੇ ਹਥਿਆਰ ਚੱਕ ਕੇ ਤੇ ਫਿਰ ਕੋਈ ਨਹੀਂ ਤੁਰਦਾ ਇਹ ਤਾਂ ਲੌਜਿਕ ਹੀ ਗਲਤ ਆ ਤੁਸੀਂ ਹੁਣ ਇੱਕ ਦਿਨ ਬਹੁਤ ਇੱਕ ਬੱਚਾ ਆਇਆ ਸੀ ਰੇਡੀਓ ਸਟੇਸ਼ਨ ਤੇ ਹੋ ਸਕਦਾ ਉਹ ਮੇਰਾ ਹੀ ਹਮ ਉਮਰ ਹੋਵੇ ਬਟ ਮੈਂ ਉਹ ਤੁਸੀਂ ਉਹਨੂੰ ਸਮਝਾਇਆ ਵੀ ਤੇਰੀ ਫੈਮਿਲੀ ਨੇ ਕਿੱਦਾਂ ਬਚਾ ਕੀਤਾ ਉਹਨਾਂ ਟਾਈਮਾਂ ਦੇ ਵਿੱਚ ਉਹ ਡਿਬੇਟ ਇੱਕ ਜਣੇ ਨੀ 100 ਜਣੇ ਨੇ ਉਸ ਗੱਲ ਨਾਲ ਰਿਲੇਟ ਕੀਤਾ ਹੋਣਾ ਹਰ ਕੋਈ ਉਸ ਗੱਲ ਨਾਲ ਰਿਲੇਟ ਕਰ ਸਕਦਾ ਹੈ ਵੀ ਗੱਲ ਤਾਂ ਤੁਸੀਂ ਇੱਕ ਉਮਰ ਹੁੰਦੀ ਹੈ ਜਦੋਂ ਤੁਸੀਂ ਨਹੀਂ ਸਮਝ ਸਕਦੇ ਇੱਕ ਉਮਰ ਤੇ ਆ ਕੇ ਤੁਸੀਂ ਇਹ ਗੱਲਾਂ ਸਮਝ ਸਕਦੇ ਹੋ ਉਹ ਰਿਲਾਈਜ਼ ਨਾਲੇ ਦੇਖੋ ਜੀ ਜਦੋਂ ਤੁਹਾਨੂੰ ਸਮਝ ਆ ਗਈ ਨਾ ਉਦੋਂ ਤੁਹਾਨੂੰ ਰਿਲਾਈਜ਼ ਕਰਨਾ ਚਾਹੀਦਾ ਵੀ ਓਹੋ ਨਹੀਂ ਯਾਰ ਇੱਥੇ ਗਲਤੀ ਹੋਈ ਹੈ ਸਾਤੋ ਔਰ ਜਿਹਦੇ ਬਾਰੇ ਅਹਿਸਾਸ ਹੋ ਗਿਆ ਉਹਦੇ ਬਾਬਤ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਨਾ ਕਿ ਉਹ ਤੇ ਉਤਰਾਉਣਾ ਚਾਹੀਦਾ ਤੁਹਾਨੂੰ ਯਾ ਫਿਰ ਤੁਸੀਂ ਹੋਰ ਇੱਕ ਇੱਕ
ਝੂਠ ਨੂੰ ਕਵਰ ਅਪ ਕਰਨ ਲਈ ਚਾਰ ਹੋਰ ਬੋਲ ਦੋ ਉਹ ਤਾਂ ਪੈਣਾ ਹੀ ਇਹ ਨਹੀਂ ਹੋਣਾ ਚਾਹੀਦਾ ਉਹ ਤਾਂ ਬੋਲਣੇ ਫਿਰ ਇਹਨਾਂ ਬੰਦਿਆਂ ਨੂੰ ਦੂਜਿਆਂ ਨੂੰ ਮਾਰਨ ਦੀ ਧਮਕੀ ਇਸੇ ਕਰਕੇ ਦੇਣੀ ਪੈਂਦੀ ਗਾਲਾਂ ਤਾਂ ਕੱਢਣੀਆਂ ਪੈਂਦੀਆਂ ਆ ਕਿਉਂਕਿ ਚਾਹੁੰਦੇ ਆ ਵੀ ਜਿਹੜੀਆਂ ਸਾਡੀਆਂ ਮਨੌਤਾਂ ਉਹਨਾਂ ਨੂੰ ਤੋੜੋ ਨਾ ਤੁਸੀਂ ਦੇਖੋ ਜੀ ਨਾਲੇ ਦੁਨੀਆ ਤੋਂ ਆਪਾਂ ਸਿੱਖ ਲਈਏ ਇਜ਼ਰਾਈਲ ਪੈਲਸਟਾਈਨ ਦੇ ਵਿੱਚ ਇੱਕ ਡਾਕੂਮੈਂਟਰੀ ਕਾਫੀ ਡਾਕੂਮੈਂਟਰੀਆਂ ਬਣਦੀਆਂ ਬਟ ਇੱਕ ਸਾਈਡ ਤੇ ਕੋਈ ਬੰਬ ਬੰਨ ਕੇ ਜਾਂਦਾ ਦੂਜੇ ਗ੍ਰੋਸਰੀ ਸਟੋਰ ਚ ਜਾ ਕੇ ਆਪਣੇ ਆਪ ਨੂੰ ਬਲੋਅ ਅਪ ਕਰ ਲੈਂਦਾ ਉਹ ਇੱਕ ਪਾਸੇ ਕਹਿ ਰਹੇ ਵੀ ਅਸੀਂ ਕੁਰਬਾਨੀ ਦੇ ਰਹੇ ਹਾਂ ਦੂਸਰੀ ਸਾਈਡ ਤੇ ਉਹ ਜਿਹੜੇ ਪਰਿਵਾਰ ਵਾਲੇ ਹੁੰਦੇ ਆ ਉਹ ਰੋਂਦੇ ਆ ਕਿ ਸਾਡਾ ਘਰ ਦਾ ਜੀ ਮਾਰਿਆ ਗਿਆ ਸਾਡਾ ਘਰ ਖਰਾਬ ਹੋ ਗਿਆ ਉਹ ਕਹਿ ਦਿੰਦੇ ਇੱਕ ਸਾਈਡ ਕਹਿ ਰਹੀ ਆ ਵੀ ਸਾਡਾ ਬੰਦਾ ਸ਼ਹੀਦ ਆ ਦੂਜੀ ਸਾਈਡ ਕਹਿ ਰਹੀ ਆ ਵੀ ਤੁਸੀਂ ਜ਼ਾਲਮ ਆ ਸਾਡਾ ਅਸੀਂ ਤੁਹਾਡੇ ਨਾਲ ਤੋਂ ਬਦਲਾ ਲੈਣਾ ਇਸ ਗੱਲ ਦਾ ਉਹ ਫਿਰ ਉਹੀ ਗੱਲ ਦੂਸਰੇ ਪਾਸੇ ਜਾ ਕੇ ਕਰਦੇ ਆ ਦੋਨੋਂ ਸਾਈਡਾਂ ਇੱਕ ਦੂਜੇ ਆਪਣੀ ਫੈਮਿਲੀ ਨੂੰ ਸ਼ਹੀਦ ਦੱਸੀ ਜਾਂਦੀਆਂ ਇਹਦੇ ਚ ਕਾਹਦੀ ਸ਼ਹਾਦਤ ਆ ਦੇਖੋ ਜਦੋਂ ਨਾ ਤੁਸੀਂ ਪੰਜਵੇਂ ਪਾਤਸ਼ਾਹ ਦੀ ਦਸਵੇਂ ਪਾਤਸ਼ਾਹ ਦੀ ਗੱਲ ਕਰੋ ਜਿਨ੍ਹਾਂ ਲੋਕਾਂ ਨੇ ਆਨੰਦਪੁਰ ਨੂੰ ਘੇਰਾ ਪਾਇਆ ਸੀ ਨਾ ਆ ਕੇ ਉਹ ਲੋਕ ਆ ਜਿਹੜੇ ਕਹਿੰਦੇ ਸੀ ਵੀ ਇਹ ਧਰਤੀ ਹੈਗੀ ਆ ਅੱਲਾ ਨੇ ਸਾਡੇ ਲਈ ਬਣਾਈ ਜਿਹੜਾ ਬੰਦਾ ਮੁਸਲਿਮ ਪ੍ਰੋਟੋਕਾਲ ਜਿਹੜੇ ਉਹਨਾਂ ਨੂੰ ਨਹੀਂ ਮੰਨਦਾ ਉਹਨੂੰ ਧਰਤੀ ਤੇ ਜੀਣ ਦਾ ਹੱਕ ਨਹੀਂ ਹੈਗਾ ਅਸੀਂ ਇਹਨਾਂ ਨੂੰ ਜੀਣ ਨਹੀਂ ਦੇਣਾ ਉਸ ਲੜਾਈ ਵਿੱਚ ਜਿਹੜੇ ਉਹਨਾਂ ਦੇ ਮਰੇ ਆ ਉਹਨਾਂ ਨੂੰ ਸ਼ਹੀਦ ਕਹਿੰਦੇ ਆ ਉਹ ਕਹਿੰਦੇ ਵੀ ਕਾਫਰਾਂ ਨੂੰ ਧਰਤੀ ਤੋਂ ਮੁਕਾਉਣ ਦੇ ਲਈ ਇਹਨੇ ਆਪਣੀ ਸ਼ਹਾਦਤ ਦਿੱਤੀ ਆ ਅਸੀਂ ਅਸੀਂ ਉਹਨਾਂ ਨਾਲ ਲੜਦੇ ਲੜਦੇ ਅਸੀਂ ਕਹਿੰਦੇ ਦੁਸ਼ਟਾਂ ਨੂੰ ਮਾਰ ਕੇ ਅਸੀਂ ਸ਼ਹੀਦ ਹੋਏ ਆ ਮਾਰਦੇ ਮਾਰਦੇ ਜਦਕਿ ਦੋਏ ਗੱਲਾਂ ਮਨੌਤਾਂ ਆ ਉਹਨਾਂ ਦੀ ਆਪਣੀ ਅਸੰਪਸ਼ਨ ਆ ਇਹਨਾਂ ਦੀ ਆਪਣੀ ਆ ਅਸਲੀਅਤ ਨਾਲ ਕੋਈ ਲੈਣਾ ਦੇਣਾ ਨਹੀਂ ਉਹਦਾ ਠੀਕ ਹੈ ਉਹਨਾਂ ਨੇ ਆਪਣੀ ਪੋਲੀਟੀਕਲ ਲਹਿਰ ਸੀ ਉਹਨਾਂ ਦਾ ਰਾਜ ਸੀ ਉਹਨੂੰ ਕਾਬੂ ਕਰਨ ਲਈ ਜਿਹੜੀ ਬਗਾਵਤ ਉੱਠਦੀ ਸੀ ਉਹਨਾਂ ਲੋਕਾਂ ਨੂੰ ਦਬਾਉਣਾ ਚਾਹਿਆ ਆਮ ਲੋਕਾਂ ਨੂੰ ਭੜਕਾ ਕੇ ਪੋਲੀਟੀਕਲ ਆਗੂਆਂ ਨੂੰ ਤਾਂ ਪਤਾ ਹੁੰਦਾ ਹੈ ਕਿ ਹੈ ਕੀ ਅਸਲ ਦੇ ਵਿੱਚ ਉਹ ਤਾਂ ਹੈਗਾ ਹੀ ਹੈ ਜੀ ਉਹ ਤਾਂ ਬੰਦੇ ਯੂਜ਼ ਹੋ ਰਹੇ ਆ ਵਿੱਚ ਉਹਨਾਂ ਦਾ ਕੰਮ ਹੋ ਰਿਹਾ ਹਾਂ ਸ਼ਾਇਦ ਸਿੱਖਾਂ ਦੇ ਆਗੂ ਐਸੇ ਹੋਣ ਕਿ ਜਿੱਦਾਂ ਆਮ ਲੋਕਾਂ ਨੂੰ ਨਹੀਂ ਪਤਾ ਉਦਾਂ ਹੀ ਆਗੂਆਂ ਨੂੰ ਵੀ ਨਹੀਂ ਪਤਾ ਵੀ ਅਸੀਂ ਕਰ ਕੀ ਰਹੇ ਹਾਂ ਜਿੱਦਾਂ ਕੋਈ ਸਿਖਾਉਂਦਾ ਉਦਾਂ ਕਰੀ ਜਾਂਦੇ ਆ ਨਹੀਂ ਜੀ ਦੇਖੋ ਜੀ ਸਭ ਨੂੰ ਪਤਾ ਹੈ ਜਿੱਦਾਂ ਹੁਣ ਇੱਥੇ ਤਾਂ ਹਰ ਕੋਈ ਕਹਿੰਦਾ ਕਿ ਜਿਹੜਾ ਟੈਰਰਿਜ਼ਮ ਹੁੰਦਾ ਨਾ ਉਹਦੀ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਇਹ ਗੱਲਾਂ ਸੱਚੀਆਂ ਹੈ ਜਿਹੜੇ ਮੋਹਰੇ ਹੋ ਕੇ ਆਪਣੇ ਵਿੱਚ ਰਹਿ ਕੇ ਆਪਣੇ ਵਰਗੇ ਬਣ ਕੇ ਆਪਣਾ ਪਹਿਰਾਵਾ ਉਹ ਕਰਕੇ ਆਪਾਂ ਨੂੰ ਜਿਤਾ ਰਹੇ ਆ ਕਿ ਅਸੀਂ ਤੁਹਾਡੇ ਲਈ ਆ ਅਸੀਂ ਤੁਹਾਨੂੰ ਰੈਪ੍ਰਜੈਂਟ ਕਰਦੇ ਹਾਂ ਉਹ ਅਸਲ ਦੇ ਵਿੱਚ ਆਪਾਂ ਨੂੰ ਰੈਪ੍ਰਜੈਂਟ ਨਹੀਂ ਕਰਦੇ ਉਹ ਆਪਾਂ ਨੂੰ ਟੈਰਰਾਈਜ਼ ਕਰਦੇ ਆ ਖਿਲਾਫ ਗੱਲਾਂ ਕਰਕੇ ਲੋਕਾਂ ਨੂੰ ਭੜਕਾਇਆ ਆ ਅੱਜ ਉਹਨਾਂ ਮਸਲਿਆਂ ਦੇ ਹੱਲ ਹੋਏ ਉਹਨਾਂ ਦੇ ਹੱਲ ਹੋਏ ਬਗੈਰ ਉਹ ਤਾਂ ਸਰਕਾਰ ਦੀ ਝੋਲੀ ਚ ਬਹਿ ਗਿਆ ਜਾ ਕੇ ਬਿਲਕੁਲ ਜੀ ਅੱਜ ਤਾਂ ਲੈਸਨ ਲੈਣਾ ਚਾਹੀਦਾ ਸੀ ਪਰ ਅਸੀਂ ਭੁੱਲ ਕਰ ਲਈਏ ਨਾ ਜੀ ਅਸੀਂ ਗੱਲਾਂ ਨੂੰ ਇਲੈਬੋਰੇਟ ਨਹੀਂ ਕੀਤਾ ਅਸੀਂ ਉਹਨਾਂ ਨੂੰ ਹਰੇਕ ਗੱਲ ਨੂੰ ਕਿਹਾ ਵੀ ਇਹਦੇ ਤੇ ਮਿੱਟੀ ਪਾਓ ਇਹਦੇ ਬਾਰੇ ਤਾਂ ਗੱਲ ਹੀ ਨਾ ਕਰੋ ਮੈਨੂੰ ਨਾ ਮੋਹਰੇ ਲੱਗ ਰਿਹਾ ਉਹਦੇ ਮਗਰ ਲੱਗ ਜਾਓ ਬਸ ਗੱਲ ਨੂੰ ਡਿਸਕਸ ਨਾ ਕਰੋ ਲੌਜਿਕ ਨਾ ਵਰਤੋ ਆਪਣਾ ਆਪਣਾ ਦਿਮਾਗ ਤਾਂ ਵਰਤੋ ਹੀ ਨਾ ਤਿੰਨ ਚਾਰ ਦਿਨ ਹੋਏ ਆ ਮੈਨੂੰ ਇੱਕ ਫੋਨ ਆਇਆ ਇੰਡੀਆ ਤੋਂ ਬੰਦਾ ਕਹਿੰਦਾ ਸੀ ਮੈਂ ਗੱਲ ਕਰਨੀ ਆ ਤੇ ਬੋਲਿਆ ਥੋੜਾ ਜਿਹਾ ਖਰਬਾ ਇਦਾਂ ਮੈਨੂੰ ਕਹਿੰਦਾ ਪੇ ਨਿੱਕੀ ਬੋਲਦਾ ਮੈਂ ਕਿਹਾ ਇਦਾਂ ਦੇ ਬੰਦੇ ਦਾ ਫੋਨ ਛੇਤੀ ਕੱਟ ਦਿੰਦਾ ਹੁਣ ਉਹ ਕਹਿੰਦਾ ਫੋਨ ਨਾ ਕੱਟੀ ਪੇ ਮੇਰੀ ਕੁੜੀ ਨਾਲ ਗੱਲ ਕਰ ਹਾਂਜੀ ਕਹਿੰਦਾ ਤੂੰ ਕਹਿੰਦਾ ਹੈ ਨਾ ਵੀ ਬੱਚਿਆਂ ਨੂੰ ਹੈ ਨੀ ਕਹਿੰਦਾ ਮੇਰੀ ਬੱਚੀ 19 ਸਾਲ ਦੀ ਲੜਕੀ ਉਹਨੂੰ ਫੋਨ ਫੜਾਤਾ ਉਹਨੂੰ ਉਹ ਲੜਕੀ ਨੇ ਸਪੀਕਰ ਚਲਾ ਲਿਆ ਮੈਨੂੰ ਕਹਿੰਦੇ ਅੰਕਲ ਤੁਸੀਂ ਇਦਾਂ ਕਿਉਂ ਕਹਿੰਦੇ ਉਹਨਾਂ ਨੂੰ ਵੀ ਅਸੀਂ ਉਹਨਾਂ ਨੂੰ ਸ਼ਹੀਦ ਮੰਨਦੇ ਹਾਂ ਪਿੰਡ ਵਾਲਿਆਂ ਨੂੰ ਉਹਨਾਂ ਨੇ ਸੁੱਤੀ ਕੌਮ ਜਗਾਈ ਅਸੀਂ ਇੱਦਾਂ ਕਰਨਾ ਚਾਹੁੰਦੇ ਇੱਦਾਂ ਮੈਂ ਕਿਹਾ ਤੈਨੂੰ ਕਿੰਨੀ ਕੁ ਸਮਝ ਆ ਕੁੜੀ ਨੂੰ ਮੈਂ 2-3 ਸਵਾਲ ਪੁੱਛੇ ਮੁੜ ਕੇ ਮੈਨੂੰ ਇੱਕ ਗੱਲ ਪੁੱਛੀ ਮੈਂ ਕਿਹਾ ਭਈ ਤੇਰਾ ਪਿੰਡਰਾਂ ਵਾਲੇ ਨਾਲ ਕਿੰਨਾ ਕੁ ਪਿਆਰ ਆ ਕਿੰਨਾ ਕੁ ਜਾਣਦੀ ਆ ਤੂੰ ਕਹਿੰਦੀ ਮੈਂ ਬਹੁਤ ਕੁਛ ਸੁਣਿਆ ਮੈਂ ਕਿਹਾ ਜਿਹੜਾ ਉਹਦਾ ਪਿੰਡਰਾਂ ਵਾਲੇ ਦਾ ਮੁੰਡਾ ਈਸ਼ਰ ਸਿੰਘ ਉਹਦੇ ਨਾਲੋਂ ਜ਼ਿਆਦਾ ਜਾਣਦੀ ਆ ਜਾਂ ਘੱਟ ਕਹਿੰਦੀ ਓਬਵੀਅਸਲੀ ਘੱਟ ਪਲੱਸ 2 ਚ ਪੜ੍ਹਦੀ ਸੀ ਉਹ ਮੈਂ ਕਿਹਾ ਭਈ ਉਹਦਾ ਜਿਹੜਾ ਆਪਣਾ ਬੱਚਾ ਆ ਉਹ ਤੇਰੇ ਵਾਲੀਆਂ ਗੱਲਾਂ ਕਿਉਂ ਨਹੀਂ ਕਰ ਰਿਹਾ ਇਹ ਗੱਲ ਆਪਣੇ ਪਾਪਾ ਨੂੰ ਪੁੱਛ ਪਹਿਲਾਂ ਉਹਦਾ ਮੁੰਡਾ ਕੈਨੇਡਾ ਜਾ ਕੇ ਕਿਉਂ ਬਹਿ ਗਿਆ ਉਹਨ ਕਿਉਂ ਨਹੀਂ ਅੱਜ ਈਸ਼ਰ ਸਿੰਘ ਦੇ ਕੋਲ ਤਾਂ ਜਲੰਧਰ ਦੇ ਵਿੱਚ ਅਰਬਾਂ ਦੀ ਪ੍ਰੋਪਰਟੀ ਆ ਜਿੰਨੀ ਜਗ੍ਹਾ
दरबार साहब के अंदर अकाल तख्त के अंदर भिंडर वाले को सी उदा दियां तां उतों बड़ियां बड़ियां 50 कोठियां हो सकदियां उहदे कोल अज परिवार हालात देख दे जो उन्होंने फैमिली ने चलिया जो उन्होंने नाल होया ओ भी एक गवर्नमेंट के खिलाफ बोले सी जो ना दिल्ली इंदिरा गांधी का कतल होया जी। और वो कतल तो बाद हजारा सिखा का कतल होया 25-30 हजार असि कहने मार दिते दिने दिहाड़े अगां ला के इथों तक पे मिलिट्री दे जनरल नूं भी उन्हें उत्थे बख्शिया नहीं इथों तक राष्ट्रपति दी गड्डी ते भी बट्टे मारे उन्होंने पर उहदे कतल तो 4-5 साल बाद कतल करने वाले की वोटी ते कतल करने वाले का बाप इंदिरा गांधी जिदा की वह एम पी बनी उस तरह एम पी बन के पार्लीमेंट के बैठे जाके हो सकता ना दिल्ली ने विरोध किया ना किसी ने उत्थे गल की जानी बिल्कुल और यह नहीं है पे उस वेले किसी विरोधी पार्टी की सरकार बन गई आ बिल्कुल सरकार भी उन्होंने ही उस वेले अपना जे बारे कहते हैं ना भी जो ये गल हुई सी कि राजीव गांधी ने आ स्टेटमेंट दिती सी आ दिती सी ने आ भगवा उ प्रधानमंत्री है उस वेले गल्लां देखो जो थोड़ा जा दिमाग लाऊंगे समझ आ जानी और जिदन समझ आ गई उदन सानू किसी नानक की किसी ग्रंथ की किसी गुरुद्वारे की लोड़ नहीं पैनी असी खुद यहोजे होके विचरना दुनिया ने मोढ़े उच्चे कर करके देखना भी भाई लोग है कौन आ कितों सह के आए है इन्हों मोटीवेशन कितों मिलती है थैंक यू जी दोहां तिना लाइना पे सुनते साढ़े ना असी देख लीए हूँ।